ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਹੁਣੇ ਹੁਣੇ ਆਪਣਾ ਫੋਲੀਓ ਰੋਜ਼ਾ ਹੁਣੇ ਲੈ ਕੇ ਆਇਆ। ਆਈ ਐਮ ਸੋ ਹੈਪੀ ਐਂਡ ਆਈ ਐਮ ਰੀਅਲੀ ਥੈਂਕਸ ਮੇਰਾ ਵੀਰ ਮਲਕੀਤ ਨੀਟਾ। ਵੀ ਆਈ ਲਵ ਯੂ ਵੀਰ, ਬਹੁਤ ਬਹੁਤ ਸਪੋਰਟਿੰਗ ਆ ਵੀਰ, ਬਹੁਤ ਨਾਈਸ ਨੇਚਰ ਆ। ਐਂ ਮੈਨੂੰ ਯਾਦ ਆ, ਮੈਂ ਪਹਿਲੀ ਵਾਰੀ ਰਹਿ ਗਿਆ ਸੀ, ਦੈਨ ਮੈਂ ਕਿਹਾ ਕਿ ਬਾਈ ਲੱਗਦਾ ਇਹ ਸਾਡੀ ਵੱਸ ਦੀ ਗੇਮ ਨਹੀਂ ਹੈਗੀ, ਵੀ ਸਾਥੋਂ ਹੋਣਾ ਨਹੀਂ। ਬਟ ਨੀਟਾ ਭਾਜੀ ਬਹੁਤ ਸਪੋਰਟ, ਬਹੁਤ ਵਧੀਆ ਤਰੀਕੇ ਨਾਲ ਪੜ੍ਹਾਉਂਦੇ ਆ, ਅਤੇ ਉਹਨਾਂ ਨੇ ਐਪਰੀਸ਼ੀਏਟ ਕੀਤਾ ਕਿ ਨਹੀਂ ਪ੍ਰੀਤ, ਕੁਝ ਪਰਸਨਲ ਪ੍ਰੋਬਲਮ ਕਰਕੇ ਮੈਂ ਟੈਸਟ ਵਧੀਆ ਨਹੀਂ ਸੀ ਕਰ ਸਕਿਆ। ਦੈਨ ਉਹਨਾਂ ਨੇ ਸਪੋਰਟ ਕੀਤੀ ਬਹੁਤ, ਮੈਨੂੰ ਲੈ ਕੇ ਜਾਂਦੇ ਰਹੇ, ਲੈ ਕੇ ਆਉਂਦੇ ਰਹੇ, ਇੱਕ ਮਤਲਬ ਵਧੀਆ ਫਰੈਂਡ ਦੀ ਤਰ੍ਹਾਂ ਉਹਨਾਂ ਨੇ ਟ੍ਰੀਟ ਕੀਤਾ, ਐਂਡ ਬਹੁਤ ਹੀ ਕੇਅਰਿੰਗ ਨੇ। ਅੱਜ ਤੁਹਾਡੀ ਵਜ੍ਹਾ ਨਾਲ ਵੀਰੇ ਆਹ ਮੇਰੇ ਕੋਲ ਆ, ਤੁਹਾਡੀ ਵਜ੍ਹਾ ਨਾਲ ਇਹ ਤੁਹਾਨੂੰ ਡੈਲੀਗੇਟ ਆ। ਥੈਂਕ ਯੂ ਬਾਈ, ਜਿਉਂਦਾ ਰਹਿ, ਸੱਚੀ ਯਾਰ ਲਵ ਯੂ ਬਾਈ, ਥੈਂਕ ਯੂ ਸੋ ਮੱਚ। ਮੈਂ ਤੁਹਾਡਾ ਬਹੁਤ ਥੈਂਕਸ ਕਰਨਾ ਚਾਹੁੰਦਾ, ਤੁਸੀਂ ਬਹੁਤ ਵਧੀਆ ਪੜ੍ਹਾਇਆ, ਬਹੁਤ ਵਧੀਆ, ਦੈਨ ਅੱਜ ਸਾਡੇ ਕੋਲ ਆਹ ਵਾ। ਐਂਡ ਰੱਬ ਤੁਹਾਨੂੰ ਬਹੁਤ ਖੁਸ਼ ਰੱਖੇ, ਚੜ੍ਹਦੀ ਕਲਾ 'ਚ ਰੱਖੇ। ਐਂਡ ਇੱਕ ਗੱਲ ਕਹਿਣਾ ਚਾਹੂੰਗਾ ਵੀਰ ਲਈ, ਹੋ ਅਜੇ ਲੇਖਾ ਨਾ ਹੜ ਵੈਰ, ਕਿਤੇ ਲੱਗਦੇ ਨਾ ਪੈਰ, ਅੱਜ ਕਮਰੇ ਚ ਬੰਦ, ਕੱਲ ਜਿੱਤ ਲੂੰਗਾ ਸ਼ਹਿਰ, ਉਹ ਜਿਹੜੇ ਜ਼ਿਆਦਾ ਹੰਕਾਰੇ ਕਹਿਣਗੇ, ਉਹ ਵੀਰੇ ਵੀਰੇ ਸਾਡੀ ਵਾਰੀ ਆਉਣ ਦੇ, ਉਹ ਵੇਖ ਲਵੀ ਤਕਦੀਰੇ, ਅਸੀਂ ਬਣ ਜਾਣਾ ਹੀਰੇ, ਸਾਡੀ ਵਾਰੀ ਆਉਣ ਦੇ, ਉਹ ਵੇਖ ਲਵੀ ਤਕਦੀਰੇ, ਅਸੀਂ ਬਣ ਜਾਣਾ ਹੀਰੇ, ਸਾਡੀ ਵਾਰੀ ਆਉਣ ਦੇ। ਥੈਂਕ ਯੂ ਵੀਰੇ, ਥੈਂਕ ਯੂ ਨਿਟੇ ਬਾਈ, ਵੰਸ ਅਗੇਨ ਜੁੰਦਰਾ ਬਾਈ, ਸਭ ਤੈਨੂੰ ਬਹੁਤ ਬਹੁਤ ਤਰੱਕੀਆਂ ਦੇਵੇ।